ਵੱਲੋਂ ਲਾਗੂ ਕੀਤੇ ਗਏ ਨਵੇਂ ਨਿਯਮ ਕਾਰਨ ਹੁਣ ਇੱਕ ਵਾਰ ਫਿਰ ਤੋਂ MSME ਸੈਕਟਰ ਦਿੱਕਤਾਂ ਦਾ ਸਾਹਮਣਾ ਕਰਦਾ ਨਜ਼ਰ ਆ ਰਿਹਾ। ਤਾਂ ਦੱਸ ਦਈਏ ਕਿ ਸਮਾਲ ਸਕੇਲ ਇੰਡਸਟਰੀ ਵਾਸਤੇ ਕੁਝ ਸਮੇਂ ਪਹਿਲਾਂ ਕੇਂਦਰ ਸਰਕਾਰ ਵੱਲੋਂ 43B ਕਲੋਜ਼ H ਦਾ ਇੱਕ ਨਿਯਮ ਦੇ ਵਿੱਚ ਅਮੈਂਡਮੈਂਟ ਕੀਤੀ ਗਈ ਸੀ ਇਨਕਮ ਟੈਕਸ ਐਕਟ ਦੇ ਤਹਿਤ, ਜਿਸ ਤੋਂ ਬਾਅਦ ਉਹਨਾਂ ਵੱਲੋਂ ਇਹ ਵੀ ਕਿਹਾ ਗਿਆ ਸੀ ਕਿ ਸਮਾਲ ਸਕੇਲ ਇੰਡਸਟਰੀ ਦਾ ਇਸ ਦੇ ਨਾਲ ਕਾਫੀ ਫਾਇਦਾ ਹੋਵੇਗਾ ਅਤੇ ਉਸਨੂੰ ਬੂਮ ਮਿਲੇਗਾ। ਪਰ ਇਸ ਦੀ ਥਾਂ 'ਤੇ ਹੁਣ MSME ਸੈਕਟਰ ਸਮਾਲ ਸਕੇਲ ਇੰਡਸਟਰੀ ਇਸ ਦੇ ਕਾਰਨ ਪਰੇਸ਼ਾਨੀਆਂ ਦਾ ਸਾਹਮਣਾ ਕਰਦੀ ਨਜ਼ਰ ਆ ਰਹੀ ਹੈ, ਕਿਉਂਕਿ ਦੱਸ ਦਈਏ ਕਿ 45 ਦਿਨਾਂ ਦੇ ਅੰਦਰ ਹੁਣ MSME ਰਜਿਸਟਰਡ ਮੈਨੂਫੈਕਚਰਰਸ ਨੂੰ ਆਪਣੀ ਪੇਮੈਂਟ ਦਾ ਪਰਚੇਜ਼ ਕੀਤੇ ਗਏ ਮਾਲ ਦੇ ਪੇਮੈਂਟ ਕਰਨੀ ਪਵੇਗੀ। ਜੇਕਰ ਉਹ 45 ਦਿਨਾਂ ਦੇ ਅੰਦਰ ਉਸ ਪਰਚੇਜ਼ ਕੀਤੇ ਗਏ ਮਾਲ ਦੀ ਪੇਮੈਂਟ ਨਹੀਂ ਕਰਦੇ ਨੇ ਤਾਂ ਉਸਨੂੰ ਜੋੜ ਕੇ ਇਨਕਮ ਟੈਕਸ ਦੇ ਵਿੱਚ ਉਸਦਾ ਭੁਗਤਾਨ ਕਰਨਾ ਪਵੇਗਾ। ਤਾਂ ਦੱਸ ਦਈਏ ਕਿ ਜਿਸ ਦੇ ਕਾਰਨ ਕਾਫੀ ਜ਼ਿਆਦਾ MSME ਸੈਕਟਰ ਦੇ ਵਿੱਚ ਦਿੱਕਤਾਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ। ਤਾਂ ਇਸ ਦੇ ਨਾਲ ਇਹ ਵੀ ਦੱਸ ਦਈਏ ਕਿ ਇਹ 45 ਦਿਨ ਦੀ ਪੇਮੈਂਟ ਵਾਲੇ ਨਿਯਮ ਨੂੰ ਲੈ ਕੇ ਕੱਪੜਾ ਵਪਾਰੀਆਂ ਦੇ ਵਿੱਚ ਵੀ ਕਾਫੀ ਜ਼ਿਆਦਾ ਹਲਚਲ ਦੇਖਣ ਨੂੰ ਮਿਲ ਰਿਹਾ, ਕਿਉਂਕਿ ਇਸ ਦੇ ਕਾਰਨ ਕੱਪੜਾ ਵਪਾਰੀਆਂ ਨੂੰ ਕਾਫੀ ਪਰੇਸ਼ਾਨੀ ਹੋ ਰਹੀ ਹੈ, ਕਿਉਂਕਿ ਕਾਫੀ ਲੰਬੇ ਸਮੇਂ ਤੋਂ ਜਿਸ ਤਰੀਕੇ ਦੇ ਨਾਲ ਇਸ ਨਿਯਮ ਕਾਰਨ ਕੱਪੜਾ ਵਪਾਰੀਆਂ ਵੱਲੋਂ ਆਵਾਜ਼ ਵੀ ਚੁੱਕੀ ਜਾ ਰਹੀ ਸੀ ਤੇ ਹੁਣ ਇਸ ਦੇ ਵਿਰੋਧ ਦੇ ਵਿੱਚ ਅੱਜ ਯਾਨੀ 28 ਫਰਵਰੀ ਨੂੰ ਐਡਰੋ ਕਲੋਥ ਮਰਚੈਂਟਸ ਐਸੋਸੀਏਸ਼ਨ ਵੱਲੋਂ ਇੱਕ ਦਿਨ ਦੀ ਮਾਰਕੀਟ ਬੰਦ ਦਾ ਐਲਾਨ ਕੀਤਾ ਗਿਆ। ਤਾਂ ਇਸ ਦੇ ਨਾਲ ਹੀ ਕੇਂਦਰ ਸਰਕਾਰ ਦਾ ਧਿਆਨ ਵੀ ਕੇਂਦਰਿਤ ਕਰਨ ਦੇ ਲਈ ਇਸ ਵਨ ਡੇ ਮਾਰਕੀਟ ਬੰਦ ਦਾ ਐਲਾਨ ਕੀਤਾ ਗਿਆ। ਤਾਂ ਇਸ ਤੋਂ ਬਾਅਦ ਉਹਨਾਂ ਵੱਲੋਂ ਲਗਾਤਾਰ ਇਹ ਵੀ ਮੰਗ ਕੀਤੀ ਜਾ ਰਹੀ ਹੈ ਕਿ ਜਿਸ ਤਰੀਕੇ ਦੇ ਨਾਲ ਇਨਕਮ ਟੈਕਸ ਐਕਟ 43B ਕਲੋਜ਼ ਐਚ ਦੇ ਵਿੱਚ ਅਮੈਂਡਮੈਂਟ ਕੀਤੀ ਗਈ ਹੈ, ਇਸ ਨੂੰ ਕੁਝ ਸਮੇਂ ਵਾਸਤੇ ਪੋਸਟਪੋਨ ਕੀਤਾ ਜਾ ਸਕੇ ਤਾਂ ਜੋ ਉਹ ਆਪਣੇ ਕਾਰੋਬਾਰ ਨੂੰ ਸਹੀ ਢੰਗ ਦੇ ਨਾਲ ਕਰ ਸਕਣ। ਤਾਂ ਤੁਹਾਨੂੰ ਜਾਣਕਾਰੀ ਦੇ ਲਈ ਇਹ ਵੀ ਦੱਸ ਦਿੰਦੇ ਹਾਂ ਕਿ ਜੋ ਰਜਿਸਟਰਡ ਮੈਨੂਫੈਕਚਰਰਸ ਨੇ, ਜੋ ਰਜਿਸਟਰਡ ਇੰਡਸਟਰੀ ਹੈ MSME ਦੇ ਵਿੱਚ, ਉਹਨਾਂ ਨੂੰ ਆਪਣੇ ਪਰਚੇਜ਼ ਕੀਤੇ ਗਏ ਮਾਲ ਦਾ 45 ਦਿਨਾਂ ਦੇ ਅੰਦਰ ਭੁਗਤਾਨ ਕਰਨਾ ਪਵੇਗਾ। ਤਾਂ ਜੋ ਅਨਰਜਿਸਟਰਡ ਮੈਨੂਫੈਕਚਰਰਸ ਨੇ MSME ਦੇ ਵਿੱਚ, ਜੋ ਅਨਰਜਿਸਟਰਡ ਨੇ, ਉਹਨਾਂ ਨੂੰ 15 ਦਿਨਾਂ ਦੇ ਅੰਦਰ ਭੁਗਤਾਨ ਕਰਨਾ ਪਵੇਗਾ, ਜਿਸ ਦੇ ਨਾਲ ਲਗਾਤਾਰ ਹੀ ਹੁਣ ਹਰ ਤਰੀਕੇ ਦੀ ਜਿਹੜੀ ਟ੍ਰਾਂਜੈਕਸ਼ਨ ਸੀਗੀਆਂ ਉਹ ਰੁਕ ਚੁੱਕੀਆਂ ਨੇ ਕਾਰੋਬਾਰੀਆਂ ਦੇ ਵਿੱਚ। ਇਸ ਦੇ ਨਾਲ ਹੀ ਜੋ ਮਾਲ ਆਉਂਦਾ ਸੀ ਉਸ ਨੂੰ ਵੀ ਰੋਕ ਦਿੱਤਾ ਗਿਆ, ਜਿਸ ਕਾਰਨ ਕਾਫੀ ਜ਼ਿਆਦਾ ਇੰਡਸਟਰੀ ਦੇ ਵਿੱਚ ਹਲਚਲ ਮਚਣ ਨੂੰ ਮਿਲ ਰਹੀ ਹੈ। ਤਾਂ ਦੱਸਦੀ MSME ਸੈਕਟਰ ਦੇ ਵਿੱਚ ਇਹ ਵੀ ਕਿਹਾ ਜਾ ਰਿਹਾ ਕਿ ਜਿਹੜੇ MSME ਰਜਿਸਟਰਡ ਮੈਨੂਫੈਕਚਰਰਸ ਨੇ ਉਹਨਾਂ ਵੱਲੋਂ ਬਾਹਰ ਨੋਟਿਸ ਲਗਾ ਦਿੱਤੇ ਗਏ ਨੇ, ਅਨਰਜਿਸਟਰਡ ਮੈਨੂਫੈਕਚਰ ਰਜਿਸਟਰਡ ਮੈਨੂਫੈਕਚਰਰਸ ਵੱਲੋਂ ਨੋਟਿਸ ਲਗਾ ਦਿੱਤੇ ਗਏ ਨੇ ਕਿ ਇਹਨਾਂ ਇੰਡਸਟਰੀਆਂ ਕੋਲੋਂ ਅਸੀਂ ਮਾਲ ਨਹੀਂ ਚੱਕਾਂਗੇ, ਕਿਉਂਕਿ ਉਹਨਾਂ ਨੂੰ ਪੇਮੈਂਟ ਕਰਨ ਦੇ ਵਿੱਚ ਕਾਫੀ ਜ਼ਿਆਦਾ ਦਿੱਕਤ ਹੋ ਰਹੀ ਹੈ, ਕਿਉਂਕਿ ਜਿਸ ਤਰੀਕੇ ਦੇ ਨਾਲ ਸਰਕਾਰ ਵੱਲੋਂ ਇੱਕ ਐਕਟ ਦੇ ਵਿੱਚ ਅਮੈਂਡਮੈਂਟ ਕਰਕੇ 43B ਕਲੋਜ਼ ਐਚ ਦੇ ਵਿੱਚ ਅਮੈਂਡਮੈਂਟ ਕਰਕੇ 45 ਅਤੇ 15 ਦਿਨ ਦਾ ਇੱਕ ਨਿਯਮ ਕੱਢਿਆ, ਇਸ ਦੇ ਕਾਰਨ ਕਾਫੀ ਜ਼ਿਆਦਾ ਕਾਰੋਬਾਰ ਦੇ ਵਿੱਚ ਵੀ ਉਥਲ ਪੁਥਲ ਮੱਚੀ ਹੋਈ ਹੈ, ਜਿਸ ਕਰਕੇ ਕਾਰੋਬਾਰੀਆਂ ਵੱਲੋਂ ਵੀ ਮਾਲ ਖਰੀਦਣਾ ਅਤੇ ਵੇਚਣਾ ਬੰਦ ਕਰ ਦਿੱਤਾ ਗਿਆ। ਤਾਂ ਹੁਣ ਇਸ ਦੇ ਵਿਰੋਧ ਦੇ ਵਿੱਚ ਅੱਜ ਲੁਧਿਆਣਾ ਦੇ ਐਡਰੋ ਕਲੋਥ ਮਰਚੈਂਟਸ ਐਸੋਸੀਏਸ਼ਨ ਵੱਲੋਂ ਵਨ ਡੇ ਮਾਰਕੀਟ ਬੰਦ ਦਾ ਐਲਾਨ ਕੀਤਾ ਗਿਆ ਅਤੇ 28 ਫਰਵਰੀ ਜਾਣੀ ਅੱਜ ਇੱਕ ਦਿਨ ਦੇ ਵਾਸਤੇ ਮਾਰਕੀਟ ਬੰਦ ਕਰਕੇ ਕੇਂਦਰ ਸਰਕਾਰ ਦਾ ਧਿਆਨ ਵੀ ਆਪਣੇ ਵੱਲ ਕੇਂਦਰਿਤ ਕੀਤਾ ਜਾ ਰਿਹਾ ਤਾਂ ਜੋ ਇਸਦਾ ਜਲਦ ਤੋਂ ਜਲਦ ਕੋਈ ਹੱਲ ਕੀਤਾ ਜਾ ਸਕੇ। ਅਤੇ ਜਿਸ ਤਰੀਕੇ ਦੇ ਨਾਲ ਲਗਾਤਾਰ ਹੀ ਕੇਂਦਰ ਸਰਕਾਰ ਵੱਲੋਂ ਵੀ ਇਹ ਕਿਹਾ ਜਾਂਦਾ ਸੀ ਕਿ ਸਮਾਲ ਸਕੇਲ ਇੰਡਸਟਰੀ ਨੂੰ ਅੱਗੇ ਲਿਆ ਜਾਵੇਗਾ ਅਤੇ ਲੋਕਲ ਟੂ ਵੋਕਲ ਕੀਤਾ ਜਾਵੇਗਾ, ਪਰ ਕਿਤੇ ਨਾ ਕਿਤੇ ਇਹ ਪੂਰਾ ਉਲਟ ਹੁੰਦਾ ਦੇਖਿਆ ਜਾ ਸਕਦਾ ਅਤੇ ਸਮਾਲ ਸਕੇਲ ਇੰਡਸਟਰੀ ਅੱਗੇ ਆਉਣ ਦੀ ਜਗ੍ਹਾ ਲਗਾਤਾਰ ਹੀ ਬੈਕਵਰਡ ਜਾਂਦੀ ਨਜ਼ਰ ਆ ਰਹੀ ਹੈ ਅਤੇ ਕਾਰੋਬਾਰ ਕਰਨ ਦੇ ਵਿੱਚ ਵੀ ਸਮਾਲ ਸਕੇਲ ਇੰਡਸਟਰੀ MSME ਨੂੰ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ। ਤਾਂ ਤੁਹਾਨੂੰ ਇਹ ਵੀ ਦੱਸ ਦਈਏ ਕਿ ਜਿਹੜੀਆਂ ਇੰਡਸਟਰੀਜ਼, ਜਿਹੜੇ ਮੈਨੂਫੈਕਚਰਰਸ ਦੀ ਟਰਨਓਵਰ 50 ਕਰੋੜ ਤੋਂ ਉੱਪਰ ਹੈ, ਉਹਨਾਂ ਨੂੰ ਇਸ ਦਾ ਕੋਈ ਵੀ ਅਸਰ ਨਹੀਂ ਹੋਵੇਗਾ ਅਤੇ ਉਹਨਾਂ ਨੂੰ ਪੇਮੈਂਟ ਕਰਨ ਦੇ ਵਿੱਚ ਵੀ
ਪੂਰੀ ਛੂਟ ਦਿੱਤੀ ਗਈ ਹੈ। ਤਾਂ 45 ਅਤੇ 15 ਦਿਨ ਦਾ ਜਿਹੜਾ ਪ੍ਰਦਾਨ ਹੈ ਉਹ 50 ਕਰੋੜ ਤੋਂ ਵੱਧ ਟਰਨਓਵਰ ਵਾਲੀ ਇੰਡਸਟਰੀ ਮੈਨੂਫੈਕਚਰਸ ਦੇ ਉੱਤੇ ਉਸਦਾ ਅਸਰ ਨਹੀਂ ਪਵੇਗਾ। ਇਹ ਅਸਰ ਸਿਰਫ 10 ਕਰੋੜ ਤੋਂ ਹੇਠਾਂ ਟਰਨਓਵਰ ਵਾਲੀ MSME ਇੰਡਸਟਰੀ ਦੇ ਉੱਤੇ ਹੀ ਪਵੇਗਾ, ਉਹਨਾਂ ਨੂੰ ਹੀ ਇਸ ਨਿਯਮ ਨੂੰ ਮੰਨਣਾ ਪਵੇਗਾ। ਪਰ ਹੁਣ ਲਗਾਤਾਰ ਜਿਸ ਤਰੀਕੇ ਦੇ ਨਾਲ ਇਸ ਨਿਯਮ ਕਰਕੇ ਕਾਰੋਬਾਰੀਆਂ ਦੇ ਵਿੱਚ ਪਰੇਸ਼ਾਨੀ ਦੇਖਣ ਨੂੰ ਮਿਲ ਰਹੀ ਹੈ, ਉਹਨਾਂ ਵੱਲੋਂ ਵੀ ਹੁਣ ਇਸ ਨਿਯਮ ਦਾ ਵਿਰੋਧ ਕੀਤਾ ਜਾ ਰਿਹਾ। ਤਾਂ ਦੇਖਣਾ ਹੋਵੇਗਾ ਕਿ ਇਸ ਜਿਹੜਾ ਵਪਾਰੀ ਨੇ ਮੈਨੂਫੈਕਚਰਸ ਨੇ ਉਹਨਾਂ ਦੇ ਵੱਲੋਂ ਜਿਹੜਾ ਵਿਰੋਧ ਕੀਤਾ ਜਾ ਰਿਹਾ ਇਸ ਐਕਟ ਦੀ ਕੀਤੀ ਅਮੈਂਡਮੈਂਟ ਨੂੰ ਲੈ ਕੇ, ਇਸ ਦੇ ਵਿਰੋਧ ਦੇ ਵਿੱਚ ਹੁਣ ਕੇਂਦਰ ਸਰਕਾਰ ਵੱਲੋਂ ਕੀ ਐਕਸ਼ਨ ਲਿੱਤਾ ਜਾਂਦਾ ਹੈ ਅਤੇ ਜਿਹੜੇ MSME ਮੈਨੂਫੈਕਚਰਸ ਨੇ ਉਹਨਾਂ ਦੀ ਗੱਲ ਸੁਣੀ ਜਾਂਦੀ ਹੈ ਜਾਂ ਨਹੀਂ।